ਸਾਡਾ ਪੰਜਾਬ ਦੇ ਵਿੱਚ ਪੰਜਾਬੀਅਤ ਤੇ ਗੁਰੂ ਮਹਾਰਾਜ ਦੀ ਧਰਤੀ ਹੈ, ਉਹਨਾਂ ਦਾ ਆਪ ਦਾ ਇੱਕ ਬਰਾਤ ਆਣੀ ਹੈ। ਇਹ ਇੱਕ ਬੜੀ ਖੁਸ਼ੀ ਦੀ ਗੱਲ ਹੈ ਤੇ ਬੜੀ ਪਵਿੱਤਰਤਾ ਵਾਲਾ ਦਿਨ ਹੈ ਕਿ ਸਾਡੇ ਇੱਥੇ ਇਹ ਬਟਾਲੇ ਦੇ ਵਿੱਚ ਗੁਰੂ ਜੀ ਦਾ ਬਰਾਤ ਆਣੀ ਹੈ ਤੇ ਉਹਨਾਂ ਦਾ ਜੋ ਇੱਥੇ ਇਤਿਹਾਸਿਕ ਵਿਆਹ ਇੱਥੇ ਹੋਇਆ ਸੀ ਤੇ ਉਹਦੀ ਸਾਰੀ ਬਰਾਤ ਵਗੈਰਾ ਆਉਂਦੀ ਹੈ ਤੇ ਸਾਰੇ ਪ੍ਰਬੰਧ ਕੀਤੇ ਜਾਂਦੇ ਨੇ। ਉਹਨੂੰ ਲੈ ਕੇ ਅਸੀਂ SSGPC ਨਾਲ ਤੇ ਅਸੀਂ ਮੈਂ SSP ਸਾਹਿਬ ਤੇ SDM ਅਸੀਂ ਸਾਰੇ ਸਾਰੇ ਅਫਸਰ ਸਾਹਿਬਾਨਾਂ ਮੀਟਿੰਗ ਕੀਤੀ ਹੈ ਕਿ ਇਹਨਾਂ ਦੇ ਅੱਜ ਸਾਨੇ ਵੀ ਜ਼ਰੂਰੀ ਸਮਝਿਆ, ਕਿਉਂਕਿ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਬੜਾ ਇਤਿਹਾਸਿਕ ਦਿਨ ਹੈਗਾ, ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਰਹੇ ਤੇ ਹਰ ਚੀਜ਼ ਬੜੇ ਸੁਚੱਜੇ ਢੰਗ ਨਾਲ ਹੋਵੇ ਤੇ ਸਾਰੇ ਪ੍ਰਬੰਧ ਪ੍ਰੋਪਰ ਹੋਣ, ਲੋਕਾਂ ਨੂੰ ਵੀ ਜਿੱਥੇ ਇੰਨੇ ਵੱਧ ਚੜ੍ਹ ਕੇ ਉਹਨਾਂ ਨੇ ਹਿੱਸਾ ਲੈਣਾ ਉਹਨਾਂ ਨੂੰ ਵੀ ਸਹੂਲਤ ਨੂੰ ਦੇਖਦੇ ਹੋਏ ਅਸੀਂ ਇਹੀ ਕਿਹਾ ਵੀ ਪ੍ਰੋਪਰ ਸਫਾਈ ਦਾ ਪ੍ਰਬੰਧ ਹੋਵੇ, ਪ੍ਰੋਪਰ ਡਿਵਰਸ਼ਨ ਰੂਟ ਬਣ, ਪ੍ਰੋਪਰ ਹੈਲਪ ਡੈਸਕ ਲਗਾਏ ਜਾਣਗੇ, ਜੇ ਕੋਈ ਐਮਰਜੈਂਸੀ ਕਿਸੇ ਨੂੰ ਕੋਈ ਤਬੀਅਤ ਖਰਾਬ ਹੁੰਦੀ ਹੈ ਉਹਦੇ ਐਂਬੂਲੈਂਸਿਸ ਵਗੈਰਾ ਦਾ ਮੈਡੀਕਲ ਦਾ ਪ੍ਰੋਪਰ ਪ੍ਰਬੰਧ ਕੀਤਾ ਜਾਵੇਗਾ, ਫਾਇਰ ਬ੍ਰਿਗੇਡ ਦਾ ਹੈਗਾ, ਬਾਕੀ ਹਰ ਵਿਭਾਗ ਨੂੰ ਜੋ ਵੀ ਉਹਦਾ ਕੰਮ ਹੈਗਾ ਉਹਨੂੰ ਇੰਸਟਰਕਸ਼ਨਾਂ ਦਿੱਤੀਆਂ ਕਿ ਉਹ ਨਿੱਜੀ ਤੌਰ ਤੇ ਜੋ ਉਹਨਾਂ ਦਾ ਜ਼ਿੰਮੇਵਾਰ ਅਫਸਰ ਹੈ ਉਹ ਆਪਣਾ ਨਿੱਜੀ ਤੌਰ ਤੇ ਸਾਰਾ ਕੁਝ ਚੈੱਕ ਕਰਕੇ ਸਾਨੂੰ ਸਰਟੀਫਾਈ ਕਰੇਗਾ ਵੀ ਜੋ ਮੇਰਾ ਕੰਮ ਸੀ, ਮੇਰੀ ਡਿਊਟੀ ਲਾਈ ਗਈ ਸੀ ਉਹ ਸਹੀ ਢੰਗ ਨਾਲ ਮੈਂ ਕਰਤੀ ਹੈ ਤੇ ਮੈਂ ਅੱਗੇ ਵੀ ਇਹਨੂੰ ਮੋਨੀਟਰ ਕਰਦਾ ਰਵਾਂਗਾ, ਬਣਾ ਕੇ ਸਾਰੇ ਅਫੀਸਰ ਸਹਿਬਾਨ ਨੂੰ ਸ਼ੇਅਰ ਕੀਤੀ ਜਾਵੇ ਤਾਂ ਜੋ ਕਿ ਕਦੇ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਇੱਕ ਦੂਜੇ ਨਾਲ ਤਾਲਮੇਲ ਕਰ ਸਕੇ ਤੇ ਉਸ ਸਮੱਸਿਆ ਨੂੰ ਮੌਕੇ ਤੇ ਹੀ ਹੱਲ ਕੀਤਾ ਜਾ ਸਕੇ। ਨਹੀਂ ਤਾਂ ਇਹ ਜ਼ਿਆਦਾਤਰ ਦੇਖਣਾ ਚਾਹੁੰਦਾ ਹੈ ਕਿ ਏਡੇ ਵੱਡੇ ਫੰਕਸ਼ਨਾਂ ਦੇ ਵਿੱਚ ਇੱਕ ਮਹਿਕਮੇ ਦੇ ਅਫਸਰ ਨੂੰ ਦੂਜੇ ਮਹਿਕਮੇ ਦਾ ਨਹੀਂ ਪਤਾ ਹੁੰਦਾ ਵੀ ਇਹਦੀ ਜ਼ਿੰਮੇਵਾਰੀ ਕਿਹਦੀ ਹੈ, ਤਾਂ ਉਹ ਫਿਰ ਕਈ ਵਾਰ ਕਮਿਊਨੀਕੇਸ਼ਨ ਗੈਪ ਦੇ ਵਿੱਚ ਜਿਹੜੀ ਵਿਵਸਥਾ ਜਾਂ ਜਿਸ ਤਰ੍ਹਾਂ ਦਾ ਅਸੀਂ ਸੋਚਿਆ ਹੁੰਦਾ ਵੀ ਅਸੀਂ ਪ੍ਰਬੰਧ ਕਰਾਂਗੇ ਉਹਦੇ ਵਿੱਚ ਕਈ ਵਾਰ ਕੋਈ ਦਿੱਕਤ ਆ ਜਾਂਦੀ ਹੈ ਤੇ ਅਸੀਂ ਆਪਣੇ ਵੱਲੋਂ ਇਸ ਚੀਜ਼ ਨੂੰ ਸਾਰਿਆਂ ਨੂੰ ਸੋਚਦੇ ਹੋਏ ਸਮਝਦੇ ਹੋਏ ਅੱਜ ਇਹ ਮੀਟਿੰਗ ਕੀਤੀ ਆ ਤੇ ਮੈਨੂੰ ਪੂਰੀ ਆਸ ਹੈ ਕਿ ਅਸੀਂ ਇਹਨੂੰ ਸਾਰਾ ਪ੍ਰਸ਼ਾਸਨ ਪੁਲਿਸ ਦੀ ਮਦਦ ਨਾਲ, ਸਾਰੀ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ, SGPC ਦੀ ਮਦਦ ਨਾਲ ਤੇ ਸਾਰੀ ਸੰਗਤ ਦੀ ਮਦਦ ਨਾਲ ਇਹਨੂੰ ਵਧੀਆ ਤਰੀਕੇ ਨਾਲ ਨਪੇੜੇ ਚਾੜਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਜੋ ਹਰ ਸਾਲ ਜਿਸ ਤਰ੍ਹਾਂ ਦਾ ਹੁੰਦਾ ਰਿਹਾ ਅਸੀਂ ਉਸ ਤੋਂ ਵੀ ਬਿਹਤਰ ਕਰੀਏ, ਜੋ ਪਿਛਲੇ ਵਾਰ ਕੋਈ ਕਮੀਆਂ ਪੇਸ਼ੀਆਂ ਰਹੀਆਂ। ਇੱਕ ਪੁਆਇੰਟ ਐਸਾ ਵਾ ਜਿਹੜਾ ਪਿਛਲੇ ਕਈ ਸਾਲਾਂ ਤੋਂ ਡਿਸਕਸ ਹੁੰਦਾ, ਹੁਕਮ ਵੀ ਜਾਰੀ ਹੁੰਦੇ ਆ ਪਰ ਉਹਦੇ ਤੇ ਅਸਰ ਕੋਈ ਨਹੀਂ। ਉਹ ਇੱਕ ਪੁਆਇੰਟ ਹੈ ਬੁਲੇਟ, ਮੋਟਰਸਾਈਕਲ, ਸਕੂਟਰ, ਐਕਟਿਵਾ ਜਾਂ ਕੋਈ ਵੀ ਬਾਈਕ ਤੇ ਸਲੰਸਰ ਨਿਕਲ ਜਾਂਦੇ ਆ, DJ ਔਰ ਟਰੈਕਟਰ, ਇਹ ਹਰ ਵਾਰੀ ਡਿਸਕਸ ਜ਼ਰੂਰ ਹੁੰਦਾ ਲੇਕਿਨ ਇਹਦੇ ਤੇ ਕਾਰਵਾਈ ਕੋਈ ਨਹੀਂ ਆਈ। ਦੇਖੋ ਪਹਿਲਾਂ ਕੀ ਹੁੰਦਾ ਮੈਨੂੰ ਨਹੀਂ ਪਤਾ ਹੈਗਾ, ਇਸ ਵਾਰ ਜਦੋਂ ਮੈਂ SSP ਸਾਹਿਬ ਨੂੰ ਮਿਲਿਆ ਇੱਥੇ ਆਫਿਸ 'ਚ ਆ ਕੇ, ਸਭ ਤੋਂ ਪਹਿਲਾਂ ਉਹਨਾਂ ਨੇ ਇਸ ਬਾਰੇ ਗੱਲ ਕੀਤੀ। ਇਸ ਤੋਂ ਇਹ ਪਤਾ ਚੱਲ ਜਾਂਦਾ ਕਿ ਜਿਹੜੇ ਇਸ ਦੇ ਜ਼ਿੰਮੇਵਾਰ ਅਫਸਰ ਨੇ, ਡਿਸਟ੍ਰਿਕਟ ਦੇ ਹੈੱਡ ਨੇ ਪੁਲਿਸ ਦੇ, ਉਹ ਇਸ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੇ ਨੇ ਤੇ ਉਹਨਾਂ ਨੇ ਹੁਣ ਮੀਟਿੰਗ 'ਚ ਵੀ ਸ਼ੋਰ ਕੀਤਾ ਤੇ ਮੈਨੂੰ ਵੀ ਉਹਨਾਂ ਨੇ ਸ਼ੋਰ ਕੀਤਾ ਵੀ ਅਸੀਂ ਇਹਨੂੰ ਪੂਰਾ ਸਖਤੀ ਨਾਲ ਨਜਿੱਠਾਂਗੇ ਤੇ ਇਹਨੂੰ ਨਜਿੱਠਾਂਗੇ ਵੀ ਤੇ ਅਸੀਂ ਇਹਦੇ ਲਈ ਲੋਕਾਂ ਨੂੰ ਜਾਗਰਤ ਵੀ ਕਰਾਂਗੇ। ਸਾਨੂੰ, ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਨਾਲ ਫੋਰਸ ਯੂਜ਼ ਕਰੀਏ ਜਾਂ ਕਿਸੇ ਨਾਲ ਅਸੀਂ ਕੁਝ ਕਰੀਏ,